ਦੋਸਤੋ, ਅੱਜ ਤੁਹਾਡੇ ਵਾਸਤੇ ਬਹੁਤ ਹੀ ਆਸਾਨ ਵੈਬਸਾਈਟ ਲੈ ਕੇ ਆਇਆ ਵਾਂ। ਇਹਦੇ 'ਤੇ ਕੰਮ ਕੀ ਕਰਨਾ? ਕੋਈ ਕੰਮ ਨਹੀਂ ਕਰਨਾ, ਸਿਰਫ ਲਾਈਕ ਕਰਨਾ, ਫਾਲੋ ਕਰਨਾ ਜਾਂ ਕਮੈਂਟ ਕਰਨਾ ਅਤੇ ਪੈਸੇ ਕਮਾਉਣੇ ਨੇ। ਕਿਹੜੀ ਵੈਬਸਾਈਟ ਹੈ, ਉਹਦੇ 'ਤੇ ਸਾਈਨ ਅਪ ਕਿਸ ਤਰ੍ਹਾਂ ਕਰਨਾ, ਟਾਸਕ ਕਿਸ ਤਰ੍ਹਾਂ ਮੁਕੰਮਲ ਕਰਨਾ ਅਤੇ ਉਸ ਤੋਂ ਬਾਅਦ ਵਿਦਡਰਾਅ ਅਸੀਂ ਕਿਸ ਤਰੀਕੇ ਨਾਲ ਲੈ ਸਕਦੇ ਹਾਂ, ਸਭ ਕੁਝ ਮੁਕੰਮਲ ਡਿਟੇਲ ਦੇ ਨਾਲ ਤੁਹਾਨੂੰ ਇਸ ਵੀਡੀਓ ਵਿੱਚ ਦੱਸਣਾ ਵਾਂ। ਅਤੇ ਚੱਲ ਕੇ ਵੇਖਦੇ ਹਾਂ ਕੰਮ ਕਿੰਝ ਕਰਨਾ ਹੈ। ਅਸਲਾਮ ਅਲੈਕੁਮ ਦੋਸਤੋ, ਮੈਂ ਤੁਹਾਨੂੰ ਪੰਜਾਬੀ ਦੇ ਨੰਬਰ 1 ਟੈਕ ਚੈਨਲ ਤੋਂ ਖੁਸ਼ਾਮਦੀਦ ਆਖਣਾ ਵਾਂ। ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਲਾਈਕ ਅਤੇ ਫਾਲੋ ਕਰਕੇ ਪੈਸੇ ਕਮਾਉਣ ਦਾ ਤਰੀਕਾ ਦੱਸਾਂਗਾ। ਲਾਈਕ ਅਤੇ ਫਾਲੋ ਅਸੀਂ ਫੇਸਬੁੱਕ 'ਤੇ ਜਾਂ ਇੰਸਟਾਗ੍ਰਾਮ 'ਤੇ ਕਰਦੇ ਹੀ ਰਹਿੰਦੇ ਹਾਂ, ਲੇਕਿਨ ਉਹ ਬਿਲਕੁਲ ਅਸੀਂ ਫ੍ਰੀ ਕਰਨੇ ਹਾਂ। ਅੱਜ ਤੁਹਾਨੂੰ ਜਿਹੜੀ ਵੈਬਸਾਈਟ ਦੱਸਾਂਗਾ, ਇਹਦੇ ਉੱਤੇ ਜਾ ਕੇ ਤੁਸੀਂ ਕਰਨਾ, ਤੁਹਾਨੂੰ ਉਹਦੇ ਬਦਲੇ ਉਹਦੇ ਪੈਸੇ ਮਿਲਣੇ ਨੇ। ਅਤੇ ਬਿਨਾਂ ਟਾਈਮ ਵੇਸਟ ਕੀਤੇ ਚੱਲਣੇ ਹਾਂ ਵੈਬਸਾਈਟ 'ਤੇ, ਜਾ ਕੇ ਸਾਈਨ ਅਪ ਕਰਨੇ ਹਾਂ ਅਤੇ ਕੰਮ ਕਰਨਾ ਸ਼ੁਰੂ ਕਰਨੇ ਹਾਂ। ਅਤੇ ਦੋਸਤੋ, ਸਭ ਤੋਂ ਪਹਿਲਾਂ ਅਸੀਂ ਕੀ ਕਰਨਾ, ਨਾਲ ਟੈਬ ਓਪਨ ਕਰ ਲੈਣਾ ਅਤੇ ਇੱਥੇ ਅਸੀਂ ਲਿਖਣਾ ਜੀ ਵੈਬਸਾਈਟ ਦਾ ਨਾਮ। ਵੈਬਸਾਈਟ ਦਾ ਨਾਮ ਹੈ ਜੀ ਗੈਟ ਲਾਈਕ। ਦੋਸਤੋ, ਇਹ ਸਾਡੇ ਕੋਲ ਵੈਬਸਾਈਟ ਆ ਗਈ ਅਤੇ ਇਹ ਪਹਿਲੀ ਵੈਬਸਾਈਟ ਓਪਨ ਕਰ ਲੈਣੀ ਹੈ, ਪਹਿਲੀ ਵੈਬਸਾਈਟ ਖੋਲ੍ਹ ਲੈਣੀ ਹੈ ਜੀ। ਦੋਸਤੋ, ਇਹ ਸਾਡੇ ਸਾਹਮਣੇ ਪੇਜ ਆ ਗਿਆ ਵੈਬਸਾਈਟ ਦਾ, ਅਤੇ ਇੱਥੇ ਅਸੀਂ ਕੀ ਕਰਨਾ, ਸਾਈਨ ਅਪ 'ਤੇ ਕਲਿੱਕ ਕਰ ਲੈਣਾ, ਇਹ ਸਾਈਨ ਅਪ ਦਾ ਬਟਨ ਹੈ ਅਤੇ ਸਾਈਨ ਅਪ ਅਸੀਂ ਕਰ ਲੈਣਾ। ਉਸ ਤੋਂ ਬਾਅਦ ਰਜਿਸਟ੍ਰੇਸ਼ਨ 'ਤੇ ਆ ਜਾਣਾ ਅਤੇ ਇੱਥੇ ਅਸੀਂ ਆਪਣੀ ਈਮੇਲ ਲਿਖਣੀ ਹੈ। ਸਾਡੀ ਈਮੇਲ ਕੀ ਹੈ ਜੀ? DIGIZONOFFICIAL@gmail.com। ਉਸ ਤੋਂ ਬਾਅਦ ਪਾਸਵਰਡ ਲਿਖਣਾ, ਦੋ ਦਫਾ ਪਾਸਵਰਡ ਲਿਖਣਾ, ਅਤੇ ਉਸ ਤੋਂ ਬਾਅਦ ਆਈ ਐਮ ਨਾਟ ਰੋਬੋਟ 'ਤੇ ਚੈੱਕ ਕਰ ਦੇਣਾ। ਸਾਰਾ ਪ੍ਰੋਸੀਜਰ ਆਲਰੇਡੀ ਤੁਸੀਂ ਸਭ ਜਾਣਦੇ ਹੋ। ਉਸ ਤੋਂ ਬਾਅਦ ਕੀ ਕਰਨਾ ਜੀ, ਸਾਈਨ ਅਪ 'ਤੇ ਕਲਿੱਕ ਕਰ ਦੇਣਾ। ਹਾਂਜੀ ਦੋਸਤੋ, ਇਹ ਸਾਡਾ ਅਕਾਊਂਟ ਬਣ ਗਿਆ। ਉਸ ਤੋਂ ਬਾਅਦ ਪਾਸਵਰਡ ਸੇਵ ਕਰ ਲਓ ਅਤੇ ਉਸ ਤੋਂ ਬਾਅਦ ਕਹਿ ਰਹੇ ਕਿ ਤੁਹਾਨੂੰ ਅਸਾਂ ਇੱਕ ਮੇਲ ਭੇਜੀ, ਉਹਨੂੰ ਵੈਰੀਫਾਈ ਕਰੋ। ਅਤੇ ਅਸਾਂ ਕੀ ਕਰਨਾ ਜੇ ਨਾਲ ਓਪਨ ਕਰ ਲੈਣੀ ਵੈਬਸਾਈਟ, ਨਾਲ ਟੈਬ ਓਪਨ ਕਰ ਲਿਆ ਸੋਰੀ, ਅਤੇ ਜੀਮੇਲ ਜਾਣਾ, ਜੀਮੇਲ ਖੋਲ੍ਹ ਲੈਣੀ ਹੈ, ਤੁਹਾਨੂੰ ਮੇਲ ਆਈ ਹੋਵੇਗੀ, ਉੱਥੇ ਲਿੰਕ 'ਤੇ ਕਲਿੱਕ ਕਰ ਦੇਣਾ ਅਤੇ ਤੁਹਾਡਾ ਅਕਾਊਂਟ ਵੈਰੀਫਾਈ ਹੋ ਜਾਏਗਾ। ਇਹ ਲਿੰਕ ਆ ਗਿਆ ਅਤੇ ਇਹ ਲਿੰਕ ਨੂੰ ਅਸਾਂ ਖੋਲ੍ਹ ਲਿਆ ਅਤੇ ਦੋਸਤੋ ਸਾਡਾ ਅਕਾਊਂਟ ਵੈਰੀਫਾਈ ਹੋ ਗਿਆ। ਅਤੇ ਦੋਸਤੋ, ਪਹਿਲਾਂ ਤੁਹਾਨੂੰ ਮੈਂ ਦੱਸ ਦੇਣਾ ਕਿ ਇੱਥੇ ਕੰਮ ਕੀ ਹੈ। ਤੁਸੀਂ ਸਾਰੇ ਇੰਸਟਾਗ੍ਰਾਮ ਦਾ ਅਕਾਊਂਟ ਬਣਾਉਂਦੇ ਹੋ, ਟਿਕਟੋਕ ਦਾ ਬਣਾਉਂਦੇ ਹੋ ਜਾਂ ਟੈਲੀਗ੍ਰਾਮ ਜਾਂ ਟਵਿੱਟਰ ਦਾ ਅਕਾਊਂਟ ਬਣਾਉਂਦੇ ਹੋ, ਤਾਂ ਅਕਸਰ ਲੋਕ ਹੁੰਦੇ ਨੇ ਆਪਣੇ ਫਾਲੋਅਰਸ ਜ਼ਿਆਦਾ ਕਰਨ ਵਾਸਤੇ ਉਹ ਇਸ ਤਰ੍ਹਾਂ ਦੇ ਵੈਬਸਾਈਟਸ ਨੂੰ ਪੈਸੇ ਦਿੰਦੇ ਨੇ ਕਿ ਸਾਨੂੰ ਫਾਲੋ ਕਰੋ, ਅਤੇ ਉਹ ਵੈਬਸਾਈਟਾਂ ਅੱਗੋਂ ਫਿਰ ਆਨਲਾਈਨ ਕੰਮ ਕਰਵਾ ਕੇ ਆਨਲਾਈਨ ਫਾਲੋਅਰ ਅਤੇ ਲਾਈਕ ਲੈ ਕੇ ਅਤੇ ਉਹਨਾਂ ਦਾ ਟਾਸਕ ਮੁਕੰਮਲ ਕਰਦੀਆਂ ਨੇ, ਅਤੇ ਕੁਝ ਪੈਸੇ ਵੈਬਸਾਈਟ ਆਪ ਰੱਖ ਲੈਂਦੀ ਹੈ ਅਤੇ ਕੁਝ ਲਾਈਕ ਅਤੇ ਫਾਲੋ ਕਰਨ ਵਾਲਿਆਂ ਨੂੰ ਦੇ ਦਿੰਦੇ ਨੇ। ਇਸ ਵਾਸਤੇ ਕੰਮ ਹੈ ਬਿਲਕੁਲ ਠੀਕ ਹੈ, ਲੇਕਿਨ ਪੈਸੇ ਇਹਦੇ ਵਿੱਚ ਥੋੜ੍ਹੇ ਨੇ। ਅਗਰ ਤੁਸੀਂ ਜ਼ਿਆਦਾ ਤਾਂ ਠੀਕ ਠਾਕ ਅਰਨਿੰਗ ਕਰਨੀ, ਫਿਰ ਤੁਹਾਨੂੰ ਕੋਈ ਨਾ ਕੋਈ ਸਕਿੱਲ ਸਿੱਖਣੀ ਪੈਣੀ ਹੈ, ਅਤੇ ਅਗਰ ਤੁਸੀਂ ਕੋਈ ਸਕਿੱਲ ਸਿੱਖਣਾ ਚਾਹੁੰਦੇ ਹੋ, ਤੁਹਾਡੇ ਵਾਸਤੇ ਫਾਈਵਰ ਦੀ ਮੈਂ ਪਲੇਲਿਸਟ ਬਣਾਈ ਹੈ, ਉਹਦੇ ਉੱਤੇ ਜਾ ਕੇ ਤੁਸੀਂ ਫਾਈਵਰ 'ਤੇ ਅਕਾਊਂਟ ਬਣਾਉਣ ਦਾ ਤਰੀਕਾ ਸਿੱਖ ਸਕਦੇ ਹੋ, ਫਿਰ ਗਿਗ ਕਿੰਝ ਬਣਾਉਣੀ, ਗਿਗ ਬਣਾਉਣ ਦਾ ਤਰੀਕਾ ਸਿੱਖ ਸਕਦੇ ਹੋ, ਅਤੇ ਉਸ ਤੋਂ ਇਲਾਵਾ ਬਹੁਤ ਸਾਰੀ ਆਸਾਨ ਸਕਿੱਲਜ਼ ਨੇ ਜਿਨ੍ਹਾਂ ਨੂੰ ਸਿੱਖਣ ਦੀ ਜ਼ਰੂਰਤ ਨਹੀਂ ਹੈ। ਸਿਰਫ ਤੁਸੀਂ ਉਹਦੀ ਗਿਗ ਬਣਾਉਣੀ ਹੈ ਅਤੇ ਇੰਤਜ਼ਾਰ ਕਰਨਾ, ਇੱਕ ਗਿਗ ਕੰਮ ਨਹੀਂ ਕਰਦੀ, ਇੱਕ ਹੋਰ ਬਣਾ ਲਓ, ਦੋ ਬਣਾਓ, ਤਿੰਨ ਬਣਾਓ, ਚਾਰ ਬਣਾਓ, ਲੇਕਿਨ ਤੁਹਾਨੂੰ ਥੋੜ੍ਹਾ ਵੇਟ ਕਰਨਾ ਪਏਗਾ। ਆਸਤਾ ਆਸਤਾ ਇੰਪ੍ਰੈਸ਼ਨਸ ਵਧਣਗੇ, ਕਲਿੱਕਸ ਹੋਣਗੇ, ਤੁਹਾਡੀ ਗਿਗ 'ਤੇ ਕੋਈ ਆ ਕੇ ਚੈੱਕ ਕਰੇਗਾ ਅਤੇ ਹੋ ਸਕਦਾ ਤੁਹਾਨੂੰ ਕੋਈ ਜਲਦੀ ਆਰਡਰ ਮਿਲ ਜਾਏ। ਅਤੇ ਦੋਸਤੋ, ਉਹ ਕੰਮ ਜ਼ਿਆਦਾ ਅਥੈਂਟਿਕ ਵੀ ਅਤੇ ਉਹਦੇ ਵਿੱਚ ਅਰਨਿੰਗ ਵੀ ਠੀਕ ਠਾਕ ਹੈ। ਅਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਵੈਬਸਾਈਟਸ ਨੇ ਜਿਨ੍ਹਾਂ 'ਤੇ ਲਾਈਕ ਅਤੇ ਫਾਲੋ ਕਰਕੇ ਤੁਸੀਂ ਪੈਸੇ ਕਮਾਉਣੇ ਨੇ, ਇਹਨਾਂ ਵਿੱਚ ਮਿਲਦੇ ਵੀ ਸਿਰਫ ਫਿਰ ਪੈਸੇ ਹੀ ਨੇ, ਠੀਕ ਹੈ ਨਾ, ਰੁਪਈਏ ਜਾਂ ਡਾਲਰ ਨਹੀਂ ਮਿਲਦੇ। ਇਹ ਪੈਸਿਆਂ ਦੇ ਹਿਸਾਬ ਨਾਲ ਤੁਹਾਨੂੰ ਕੰਮ ਬਹੁਤ ਜ਼ਿਆਦਾ ਕਰਨਾ ਪੈਣਾ ਹੈ, ਕੰਮ ਸੌਖਾ ਜਿਹਾ, ਕਲਿੱਕ ਕਰਨ 'ਤੇ ਕਿੰਨਾ ਟਾਈਮ ਲੱਗਦਾ ਹੈ, ਲੇਕਿਨ ਫਿਰ ਪੈਸੇ ਵੀ ਤੁਹਾਨੂੰ ਉਹਦੇ ਹਿਸਾਬ ਨਾਲ ਹੀ ਮਿਲਣਗੇ। ਅਤੇ ਇਸ ਵਾਸਤੇ ਮੇਰਾ ਤੁਹਾਨੂੰ ਮਸ਼ਵਰਾ ਇਹੀ ਹੈ ਕਿ ਤੁਸੀਂ ਕੋਈ ਸਕਿੱਲ ਸਿੱਖੋ ਅਤੇ ਫਾਈਵਰ ਜਾਂ ਅਪਵਰਕ ਜਾਂ ਕਿਸੇ ਫ੍ਰੀਲਾਂਸਿੰਗ ਵੈਬਸਾਈਟ 'ਤੇ ਆ ਕੇ ਅਤੇ ਉੱਥੋਂ ਅਰਨਿੰਗ ਸ਼ੁਰੂ ਕਰੋ। ਸ਼ੁਰੂ 'ਤੇ ਤੁਹਾਨੂੰ ਮਿਹਨਤ ਕਰਨੀ ਪਵੇਗੀ, ਲੇਕਿਨ ਉਹਦੇ ਤੋਂ ਬਾਅਦ ਜਦੋਂ ਕੰਮ ਸ਼ੁਰੂ ਹੋ ਜਾਏਗਾ, ਫਿਰ ਤੁਹਾਨੂੰ ਬਹੁਤ ਅੱਛੀ ਖਾਸੀ ਅਰਨਿੰਗ ਸ਼ੁਰੂ ਹੋ ਜਾਏਗੀ। ਅਤੇ ਦੋਸਤੋ, ਹੁਣ ਚੱਲਦੇ ਹਾਂ ਵਾਪਸ ਆਉਂਦੇ ਹਾਂ ਅਸੀਂ ਮੇਨ ਟੋਪਿਕ 'ਤੇ, ਅਤੇ ਅਸੀਂ ਵੇਖਦੇ ਕਿ ਇੱਥੋਂ ਅਸੀਂ ਕਿਸ ਤਰ੍ਹਾਂ ਕੰਮ ਕਰਨਾ ਹੈ। ਅਤੇ ਦੋਸਤੋ, ਇਸ ਤੋਂ ਬਾਅਦ ਸਭ ਤੋਂ ਪਹਿਲਾਂ ਕੰਮ ਕੀ ਕਰਨਾ ਕਿ ਇਹ ਸੱਜੀ ਸਾਈਡ 'ਤੇ ਪ੍ਰੋਫਾਈਲ ਵਾਲੀ ਤਸਵੀਰ 'ਤੇ ਕਲਿੱਕ ਕਰਨਾ ਹੈ ਅਤੇ ਆ ਜਾਣਾ ਜੀ ਪਰਸਨਲ ਡਾਟਾ 'ਤੇ। ਪਰਸਨਲ ਡਾਟਾ 'ਤੇ ਆਉਣ ਤੋਂ ਬਾਅਦ ਅਸੀਂ ਆਪਣਾ ਸੋਸ਼ਲ ਅਕਾਊਂਟ ਇੱਥੇ ਐਡ ਕਰਨਾ ਹੈ।
ਇੱਥੇ ਤੁਹਾਡੇ ਕੋਲ ਜਿਹੜਾ ਵੀ ਸੋਸ਼ਲ ਮੀਡੀਆ ਦਾ ਅਕਾਊਂਟ ਹੈ ਉਹ ਤੁਸੀਂ ਅਟੈਚ ਕਰ ਦੇਣਾ, ਪਲੱਸ ਦੇ ਬਟਨ 'ਤੇ ਕਲਿੱਕ ਕਰਨਾ, ਤੁਹਾਡਾ ਅਕਾਊਂਟ ਅਟੈਚ ਹੋ ਜਾਏਗਾ। ਉਸ ਤੋਂ ਬਾਅਦ ਉਹ ਦੱਸ ਰਿਹਾ ਕਿ ਇੱਥੇ ਅਸੀਂ ਕਿਹੜਾ ਕਿਹੜਾ ਅਕਾਊਂਟ ਅਟੈਚ ਕਰ ਸਕਦੇ ਹਾਂ। ਇੰਸਟਾਗ੍ਰਾਮ ਦਾ ਅਕਾਊਂਟ ਕਰ ਸਕਦੇ ਹਾਂ, ਟਿਕਟੋਕ, ਉਸ ਤੋਂ ਬਾਅਦ ਟੈਲੀਗ੍ਰਾਮ, ਟਵਿੱਟਰ, ਇਹ ਅਕਾਊਂਟ ਅਸੀਂ ਇੱਥੇ ਅਟੈਚ ਕਰ ਸਕਦੇ ਹਾਂ। ਅਤੇ ਅਸੀਂ ਇੱਥੇ ਕਰਨੇ ਹਾਂ ਜੀ ਇੰਸਟਾਗ੍ਰਾਮ ਦਾ ਅਕਾਊਂਟ ਅਟੈਚ ਕਰਨੇ ਹਾਂ। ਇੱਥੇ ਅਕਾਊਂਟ ਅਟੈਚ ਕਰਨ ਵਾਸਤੇ ਪਹਿਲਾਂ ਅਸੀਂ ਨਾਲ ਜਾਵਾਂਗੇ ਉੱਥੇ instagram.com ਲਿਖਾਂਗੇ ਅਤੇ ਇੱਥੇ ਅਸੀਂ ਲੌਗਇਨ ਕਰਕੇ ਤਾਂ ਆਪਣਾ ਐਡਰੈਸ ਉਹਨਾਂ ਨੂੰ ਦੇ ਦਿਆਂਗੇ। ਅੱਛਾ ਦੋਸਤੋ, ਇਹ ਸਾਡਾ ਅਕਾਊਂਟ ਆ ਗਿਆ। ਇੱਥੇ ਅਸੀਂ ਕੀ ਕੀਤਾ, ਪ੍ਰੋਫਾਈਲ 'ਤੇ ਕਲਿੱਕ ਕੀਤਾ ਪਹਿਲੇ। ਇੱਥੇ ਪ੍ਰੋਫਾਈਲ 'ਤੇ ਕਲਿੱਕ ਕਰਨ ਤੋਂ ਬਾਅਦ ਅਸਾਂ ਇਸ ਲਿੰਕ ਨੂੰ ਕਾਪੀ ਕੀਤਾ ਅਤੇ ਉੱਥੇ ਜਾ ਕੇ ਇੱਥੇ ਪੇਸਟ ਕਰ ਦਿੱਤਾ ਅਤੇ ਅਟੈਚ ਕਰ ਦਿੱਤਾ। ਅੱਛਾ ਦੋਸਤੋ, ਇੱਥੇ ਉਹ ਕਹਿ ਰਿਹਾ ਕਿ ਤੁਹਾਡਾ ਅਕਾਊਂਟ ਜਿਹੜਾ ਸਾਡੇ ਰਿਕੁਆਇਰਮੈਂਟ ਦੇ ਮੁਤਾਬਕ ਨਹੀਂ ਹੈ। ਜਿਹੜਾ ਅਕਾਊਂਟ ਤੁਸੀਂ ਅਟੈਚ ਕਰਨਾ ਉਹਦੇ 'ਤੇ ਕਮ ਅਜ਼ ਕਮ 12 ਪੋਸਟਾਂ ਹੋਣੀਆਂ ਚਾਹੀਦੀਆਂ ਨੇ। ਇਸ ਵਾਸਤੇ ਇਹਦੇ ਨਾਲ ਅਕਾਊਂਟ ਅਟੈਚ ਕਰਨ ਤੋਂ ਪਹਿਲਾਂ ਕਮ ਅਜ਼ ਕਮ 12 ਪੋਸਟਾਂ ਤੁਸੀਂ ਆਪਣੇ ਅਕਾਊਂਟ 'ਤੇ ਕਰ ਲੈਣੀਆਂ ਨੇ। ਅਤੇ ਦੋਸਤੋ, ਇੱਥੇ ਅਸੀਂ ਆਪਣਾ ਦੂਸਰਾ ਅਕਾਊਂਟ ਅਟੈਚ ਕਰ ਲੈਂਦੇ ਹਾਂ। ਦੂਸਰਾ ਅਕਾਊਂਟ ਸਾਡਾ ਦੋਸਤੋ ਦੀਨਦਾਰੀ ਟੀ ਵੀ 'ਤੇ ਅਟੈਚ ਕਰਨ ਤੋਂ ਬਾਅਦ ਲਿਖਣ ਤੋਂ ਬਾਅਦ ਅਸੀਂ ਇੱਥੇ ਅਟੈਚ 'ਤੇ ਕਲਿੱਕ ਕਰ ਦਿੱਤਾ ਅਤੇ ਇਹ ਸਾਡਾ ਅਕਾਊਂਟ ਅਟੈਚ ਹੋ ਗਿਆ। ਹੋ ਜਾ। ਇਸ ਤੋਂ ਬਾਅਦ ਦੋਸਤੋ ਉਹ ਕਹਿ ਰਹੇ ਕਿ ਜਿਹੜਾ ਅਕਾਊਂਟ ਤੁਸੀਂ ਲਿੰਕ ਕੀਤਾ ਉਹਨੂੰ ਵੈਰੀਫਾਈ ਕਰੋ ਕਿ ਤੁਹਾਡੇ ਕੰਟਰੋਲ ਵਿੱਚ ਹੀ ਹੈ। ਉਹ ਕਿਸ ਤਰ੍ਹਾਂ ਵੈਰੀਫਾਈ ਹੋਏਗਾ ਕਿ ਤੁਸੀਂ ਜਾ ਕੇ ਅਤੇ ਪੋਸਟ 'ਤੇ ਇੱਕ ਲਾਈਕ ਕਰੋ। ਅਸੀਂ ਕੀ ਕਰਨਾ, ਲਾਈਕ ਇਟ ਐਂਡ ਚੈੱਕ ਇਟ। ਸਭ ਤੋਂ ਪਹਿਲਾਂ ਕੀ ਕਰਨਾ, ਲਾਈਕ ਇਟ 'ਤੇ ਕਲਿੱਕ ਕਰਨਾ, ਉਹ ਇੱਕ ਪੋਸਟ ਆਵੇਗੀ, ਉਸ ਪੋਸਟ ਨੂੰ ਲਾਈਕ ਕਰਨਾ। ਪੋਸਟ ਨੂੰ ਲਾਈਕ ਕਰਨ ਤੋਂ ਬਾਅਦ ਵਾਪਸ ਆ ਜਾਣਾ ਅਤੇ ਇੱਥੇ ਆ ਕੇ ਚੈੱਕ ਕਰ ਦੇਣਾ। ਉਸ ਤੋਂ ਬਾਅਦ ਯੂਅਰ ਅਕਾਊਂਟ ਹੈਜ਼ ਬੀਨ ਸਕਸੈਸਫੁਲੀ ਲਿੰਕਡ, ਅਕਾਊਂਟ ਲਿੰਕਡ ਹੋ ਗਿਆ। ਉਸ ਤੋਂ ਬਾਅਦ ਦੋਸਤੋ ਟਾਸਕ ਮਾਰਕੀਟ 'ਤੇ ਆ ਜਾਣਾ ਜੀ। ਦੋਸਤੋ, ਟਾਸਕ ਮਾਰਕੀਟ ਵਿੱਚ ਆਉਣ ਤੋਂ ਬਾਅਦ ਇਹ ਸਾਡੇ ਸਾਹਮਣੇ ਕਾਫੀ ਸਾਰੇ ਟਾਸਕ ਆ ਗਏ ਨੇ। ਇੱਥੇ ਤੁਸੀਂ ਚੈੱਕ ਕਰ ਸਕਦੇ ਹੋ, ਟੋਟਲ 94 ਟਾਸਕ ਇਸ ਟਾਈਮ ਅਵੇਲੇਬਲ ਨੇ। ਉਹਨਾਂ ਵਿੱਚੋਂ ਫਾਲੋ ਕਰਨ ਦੇ ਟਾਸਕ ਨੇ ਅਤੇ ਲਾਈਕ ਕਰਨ ਦੇ ਅਤੇ ਕਮੈਂਟ ਕਰਨ ਦੇ ਟਾਸਕ ਨੇ। ਅਤੇ ਅਸੀਂ ਕੀ ਕਰਨੇ ਆ ਕਿ ਫਾਲੋ ਕਰਕੇ ਦੇਖਣਾ, ਇੱਥੇ ਤੁਸੀਂ ਜਿੰਨੇ ਵੀ ਹੈ ਨੇ ਸਾਰਿਆਂ ਨੂੰ ਫਾਲੋ ਕਰਨਾ ਅਤੇ ਉਸ ਤੋਂ ਬਾਅਦ ਜਿੰਨੇ ਵੀ ਉਹਨਾਂ ਦੇ ਅਰਨਿੰਗ ਹੋਏਗੀ ਉਹ ਤੁਹਾਡੇ ਅਕਾਊਂਟ ਵਿੱਚ ਆ ਜਾਏਗੀ। ਅਤੇ ਫਾਲੋ ਕਰਨੇ ਆ, ਅਸੀਂ ਇੱਥੇ ਇੱਕ ਨੂੰ ਫਾਲੋ ਕਰ ਲੈਂਦੇ ਹਾਂ, ਇਹ ਲੜਕਾ, ਇਹਨੂੰ ਅਸੀਂ ਫਾਲੋ ਕਰਨੇ ਹਾਂ ਅਤੇ ਇਹਦੇ ਉੱਤੇ ਫਾਲੋ ਕਰਨ ਵਾਸਤੇ ਸਾਹਮਣੇ ਕਲਿੱਕ ਕਰਨਾ ਅਤੇ ਉਸ ਤੋਂ ਬਾਅਦ ਉਹ ਸਾਨੂੰ ਇੰਸਟਾਗ੍ਰਾਮ 'ਤੇ ਲੈ ਕੇ ਜਾਏਗਾ। ਉੱਥੇ ਜਾ ਕੇ ਅਸੀਂ ਇਹਨੂੰ ਫਾਲੋ ਕਰ ਦਿਆਂਗੇ ਅਤੇ ਫਾਲੋ ਕਰਨ ਤੋਂ ਬਾਅਦ ਜਿਸ ਫਾਲੋ ਹੋ ਜਾਏਗਾ ਅਤੇ ਅਸੀਂ ਵਾਪਸ ਆਵਾਂਗੇ ਅਤੇ ਅਸੀਂ ਆ ਕੇ ਇਹਨੂੰ ਚੈੱਕ ਕਰਾਂਗੇ ਕਿ ਬਾਈ ਚੈੱਕ ਕਰ ਲਓ, ਅਸਾਂ ਫਾਲੋ ਕਰ ਦਿੱਤਾ ਹੈ। ਡਨ ਹੋ ਗਿਆ, ਟਾਸਕ ਕੰਪਲੀਟਿਡ ਸਕਸੈਸਫੁਲੀ। ਅਤੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਸਾਡੀ ਅਰਨਿੰਗ ਵੀ ਸਾਡੇ ਅਕਾਊਂਟ ਵਿੱਚ ਆ ਗਈ, 0.10 ਰੁਬਲ, 0.10 ਰੁਬਲ, ਠੀਕ ਹੈ। ਅਰਨਿੰਗ ਆਉਣ ਤੋਂ ਬਾਅਦ ਅਸਾਂ ਇਹਨੂੰ ਵਿਦਡਰਾਅ ਕਿਸ ਤਰ੍ਹਾਂ ਲੈਣਾ, ਵਿਦਡਰਾਅ ਲੈਣ ਵਾਸਤੇ ਬੈਲੈਂਸ 'ਤੇ ਕਲਿੱਕ ਕਰਨਾ। ਵਿਦਡਰਾਅ 'ਤੇ ਕਲਿੱਕ ਕਰਨ ਤੋਂ ਬਾਅਦ ਉਹ 3 ਤਰੀਕੇ ਦੱਸ ਰਿਹਾ ਸੀ ਕਿਸ ਤਰ੍ਹਾਂ ਆਪਣੇ ਪੈਸੇ ਲੈ ਸਕਦੇ ਹਾਂ। ਯੂ ਮਨੀ, ਉਹ ਸਾਨੂੰ ਨਹੀਂ ਪਤਾ ਸੀ ਕੀ ਹੈ। ਉਸ ਤੋਂ ਬਾਅਦ ਇੱਕ ਹੋਰ ਰੂਬੋ ਕਾਸਾ, ਉਹ ਵੀ ਸਾਨੂੰ ਨਹੀਂ ਪਤਾ ਕੀ ਹੈ, ਸਾਡੇ ਕੋਲ ਅਸੀਂ ਯੂਜ਼ ਨਹੀਂ ਕਰ ਰਹੇ ਹਾਂ। ਉਸ ਤੋਂ ਬਾਅਦ ਥੱਲੇ ਪਾਇਰ, ਅਤੇ ਦੋਸਤੋ ਇੱਥੇ ਅਸਾਂ ਪਾਇਰ ਅਕਾਊਂਟ ਸਿਲੈਕਟ ਕਰ ਲੈਣਾ। ਦੋਸਤੋ ਇੱਥੇ ਅਸਾਂ ਆਪਣਾ ਪਾਇਰ ਅਕਾਊਂਟ ਐਡ ਕਰ ਦੇਣਾ। ਪਾਇਰ ਅਕਾਊਂਟ ਵਿੱਚ ਪੈਸੇ ਆਉਣ ਤੋਂ ਬਾਅਦ ਆਪਣਾ ਜਾਇਜ਼ ਕੈਸ਼ ਅਕਾਊਂਟ ਅਸੀਂ ਪਾਇਰ ਵਿੱਚ ਲਗਾਵਾਂਗੇ ਜਾਂ ਬੈਂਕ ਅਕਾਊਂਟ ਪਾਇਰ ਵਿੱਚ ਲਗਾ ਕੇ ਅਤੇ ਉਸ ਤੋਂ ਬਾਅਦ ਅਸੀਂ ਵਿਦਡਰਾਅ ਜਾਇਜ਼ ਕੈਸ਼ ਵਿੱਚ ਲੈ ਸਕਾਂਗੇ। ਅਗਰ ਤੁਸੀਂ ਪਾਇਰ ਅਕਾਊਂਟ ਨਹੀਂ ਬਣਾਇਆ ਤਾਂ ਤੁਹਾਡੇ ਵਾਸਤੇ ਮੈਂ ਅਗਲੀ ਵੀਡੀਓ ਪਾਇਰ ਅਕਾਊਂਟ 'ਤੇ ਬਣਾਉਣ ਦੀ ਬਣਾਉਂਦਾ ਵਾਂ ਕਿ ਪਾਇਰ ਅਕਾਊਂਟ ਕਿਸ ਤਰ੍ਹਾਂ ਬਣਾਉਣਾ। ਅਤੇ ਦੋਸਤੋ ਇਹ ਸੌਖਾ ਜਿਹਾ ਤਰੀਕਾ ਹੈ। ਸੋ ਸਿਰਫ ਤੁਸੀਂ ਲਾਈਕ ਅਤੇ ਫਾਲੋ ਕਰਨਾ ਅਤੇ ਤੁਹਾਨੂੰ ਅਕਾਊਂਟ 'ਚ ਪੈਸੇ ਆਉਂਦੇ ਜਾਣੇ ਨੇ ਅਤੇ ਆਉਣੇ ਸਿਰਫ ਪੈਸੇ ਹੀ ਨੇ। ਜਿੰਨੇ ਜ਼ਿਆਦਾ ਕਰ ਲਓਗੇ ਪੈਸੇ ਫਿਰ ਰੁਪਈਏ ਬਣਨਗੇ, ਰੁਪਈਆਂ ਵਿੱਚ ਫਿਰ ਆਸਤਾ ਆਸਤਾ ਵੱਧਦਾ ਜਾਏਗਾ ਕੰਮ। ਲੇਕਿਨ ਕੰਮ ਇਸ ਤਰ੍ਹਾਂ ਹੀ ਕਿ ਸਿਰਫ ਪਾਕਿਟ ਮਨੀ ਆਏਗੀ ਇਹਦੇ ਤੋਂ। ਅਤੇ ਦੋਸਤੋ ਅੱਜ ਤਾਂ ਬਹੁਤ ਸੌਖਾ ਜਿਹਾ ਤਰੀਕਾ ਸੀ, ਤੁਹਾਨੂੰ ਸਮਝ ਆ ਗਿਆ ਹੋਏਗਾ। ਸਿਰਫ ਲਾਈਕ ਕਰਨਾ, ਫਾਲੋ ਕਰਨਾ ਅਤੇ ਪੈਸੇ ਕਮਾਉਣੇ ਨੇ। ਅਗਲੀ ਵੀਡੀਓ ਵਿੱਚ ਤੁਹਾਡੇ ਵਾਸਤੇ ਇੱਕ ਨਈ ਸਕਿੱਲ ਲੈ ਕੇ ਆਵਾਂਗੇ ਜਾਂ ਇੱਕ ਨਈ ਵੈਬਸਾਈਟ ਲੈ ਕੇ ਆਵਾਂਗੇ ਜਿਹਦੇ ਜ਼ਰੀਏ ਤੁਸੀਂ ਆਨਲਾਈਨ ਅਰਨਿੰਗ ਕਰ ਸਕੋ। ਅਤੇ ਅਗਲੀ ਵੀਡੀਓ ਤੱਕ ਮੈਨੂੰ ਇਜਾਜ਼ਤ ਦਿਓ। ਰੱਬ ਰਾਖਾ।